ਵਿਸ਼ਵ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦਾ ਨਿੱਘਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਦੇ ਵਿੱਚ। ਅਤੇ ਹਰ ਵਾਰ ਦੀ ਤਰ੍ਹਾਂ ਮੈਂ ਆਪ ਜੀ ਦੇ ਨਾਲ ਪੰਥ ਦੀ ਮਹਿਨਵਾਜ਼ ਹਸਤੀ ਤੁਹਾਡੇ ਰੂਬਰੂ ਕਰਵਾਉਂਦਾ ਹਾਂ ਅਤੇ ਅਸੀਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਗੁਰਮਤਿ ਦੇ ਵੱਖ ਵੱਖ ਵਿਸ਼ਿਆਂ ਦੇ ਉੱਤੇ ਅਤੇ ਮਿਲਦੇ ਹਾਂ ਹਮੇਸ਼ਾ ਹੀ ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਦੀ ਜ਼ਿੰਦਗੀ ਕੌਮ ਦੀ ਜਵਾਨੀ ਵਾਸਤੇ ਪ੍ਰੇਰਨਾ ਸਰੋਤ ਹੋਵੇ। ਇੱਕ ਐਸੀ ਹੀ ਬੜੀ ਹੀ ਪਿਆਰੀ ਸ਼ਖਸੀਅਤ ਜਿਹੜੇ ਲੰਬੇ ਸਮੇਂ ਤੋਂ ਪੰਥ ਦੀ ਸੇਵਾ ਦੇ ਵਿੱਚ ਨੇ ਅਤੇ ਇਸ ਟਾਈਮ 'ਤੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਨੇ ਮੇਰੀ ਮੁਰਾਦ ਸਦਾ ਗੁਰਚਰਨ ਸਿੰਘ ਜੀ ਗਰੇਵਾਲ। ਵੀਰ ਜੀ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ ਨਿੱਘਾ ਸਵਾਗਤ ਹੈ ਜੀ ਫਤਿਹ ਟੀਵੀ ਦੇ ਸਟੂਡੀਓ ਦੇ ਵਿੱਚ। ਬਹੁਤ ਧੰਨਵਾਦ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਉਹ ਸੰਸਥਾ ਅਤੇ ਇੰਝ ਬਹੁਤੀ ਵਾਰੀ ਤਾਂ ਮਿੰਨੀ ਪਾਰਲੀਮੈਂਟ ਇਹਨੂੰ ਕਹਿੰਦੇ ਨੇ, ਪਰ ਮੈਂ ਕਹਿੰਦਾ ਕਿ ਇਹ ਸਾਡੀ ਮਾਂ ਸੰਸਥਾ ਹੈ, ਕਿਉਂਕਿ ਪੂਰੀ ਦੁਨੀਆ ਭਰ ਦੇ ਵਿੱਚੋਂ ਚੁਣੇ ਹੋਏ ਨੁਮਾਇੰਦੇ ਸਿੱਖ ਪੰਥ ਦੀ ਨੁਮਾਇੰਦਗੀ ਕਰਦੇ ਨੇ ਅਤੇ ਖਾਸ ਸ਼ਖਸੀਅਤਾਂ ਨੂੰ ਐਗਜੈਕਟਿਵ ਕਮੇਟੀ ਦੇ ਮੈਂਬਰ ਬਣਨ ਦਾ ਮਾਣ ਮਿਲਦਾ ਹੈ ਕਿ ਜਿਨ੍ਹਾਂ ਦੇ ਮੋਢਿਆਂ 'ਤੇ ਸਾਰਾ ਕਾਰੋਬਾਰ ਹੁੰਦਾ ਹੈ, ਕਿ ਜਿਨ੍ਹਾਂ ਨੇ ਸਾਰੀ ਦੇਖ ਰੇਖ ਕਰਕੇ ਵੱਖ ਵੱਖ ਜਿੰਨੇ ਵੀ ਚਾਹੇ ਵਿੱਦਿਅਕ ਅਦਾਰੇ ਨੇ, ਚਾਹੇ ਗੁਰਦੁਆਰਾ ਪ੍ਰਬੰਧ ਹੈ ਜਾਂ ਧਰਮ ਪ੍ਰਚਾਰ ਦਾ ਸਾਰਾ ਕਾਰਜਕਾਲ ਹੈ, ਉਹਨੂੰ ਐਗਜੈਕਟ ਕਮੇਟੀ ਦੇ ਹੁਕਮਾਂ ਦੇ ਤਹਿਤ ਹੀ ਜਿਹੜਾ ਉਹ ਭੂਮਿਕਾ ਦੇ ਵਿੱਚ ਲਿਆ ਜਾਂਦਾ ਹੈ। ਸੋ ਆਪਾਂ ਵਿਚਾਰਾਂ ਦੀ ਸਾਂਝ ਸ਼ੁਰੂ ਕਰਦੇ ਹਾਂ। ਵੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ, ਕਿਉਂਕਿ ਤੁਹਾਡਾ ਪਿਛੋਕੜ ਬੜੇ ਲੰਬੇ ਸਮੇਂ ਤੋਂ ਪੰਥਕ ਸਫਾਂ ਦੇ ਵਿੱਚ ਕਾਰਜ ਕਰਨ ਦਾ ਹੈ, ਪੰਥ ਦੀ ਸੇਵਾ ਕਰਨ ਦਾ ਹੈ, ਅਤੇ ਮੈਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਵੀ ਬਹੁਤ ਸਾਰੇ ਸਿੱਖ ਕੌਮ ਦੇ ਅਜੋਕੇ ਪੰਥਕ ਲੀਡਰਾਂ ਦੇ ਵਿੱਚੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਮਾਤ ਵਿੱਚੋਂ ਇਸ ਫੀਲਡ 'ਚ ਆਏ, ਅਤੇ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਕਿਸੇ ਵੀ ਕੌਮ ਦੀ ਜਵਾਨੀ ਉਹਦੀ ਬੈਕਬੋਨ ਹੋਇਆ ਕਰਦੀ ਹੈ, ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਕਿ ਪੰਥ ਦੀ ਬੈਕਬੋਨ ਹੈ, ਉਸ ਸੰਸਥਾ ਦੇ ਵਿੱਚੋਂ ਤੁਹਾਡਾ ਜਨਮ ਹੋਇਆ ਅਤੇ ਤੁਸੀਂ ਪੰਥ ਦੀ ਸੇਵਾ ਲਈ ਆਏ। ਮੈਂ ਚਾਹਾਂਗਾ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ, ਆਪਣੇ ਪਰਿਵਾਰ ਬਾਰੇ ਸਿੱਖ ਸੰਗਤਾਂ ਦੇ ਨਾਲ ਸਾਂਝ ਪਾਓ ਜੀ। ਰਮਾਲ ਜੀ, ਪਹਿਲਾਂ ਤਾਂ ਮੈਂ ਫਤਿਹ ਟੀਵੀ ਦਾ ਬਹੁਤ ਰਿਣੀ ਸ਼ਬਦਾਂ ਕਹਾਂ ਅਤੇ ਸ਼ਾਇਦ ਘੱਟ ਹੀ ਹੋਵੇਗਾ ਕਿ ਜੋ ਸਾਡੇ ਲਈ ਬੜੀ ਵੱਡੀ ਇੱਕ ਜ਼ਰੂਰਤ ਆ ਸਿੱਖ ਪੰਥ ਦੇ ਪ੍ਰਚਾਰ ਲਈ, ਸਾਡੇ ਸਿਧਾਂਤਾਂ ਦੇ ਪ੍ਰਚਾਰ ਲਈ, ਗੁਰਬਾਣੀ, ਇਤਿਹਾਸ ਅਤੇ ਸਾਡੇ ਨਵੇਂ ਉੱਭਰਦੇ ਜਿਹੜੇ ਬੱਚੇ ਆ, ਨੌਜਵਾਨ ਪੀੜ੍ਹੀ ਆ, ਉਹਨਾਂ ਦੇ ਮਨ ਦੇ ਬਲਬਲਿਆਂ ਦੇ ਬਾਰੇ ਇੱਕ ਸਟੇਜ ਦੀ ਬੜੀ ਵੱਡੀ ਲੋੜ ਸੀ, ਜਿਹੜੀ ਮੈਂ ਸਮਝਦਾ ਕਿ ਫਤਿਹ ਟੀਵੀ ਇਸ ਗੱਲ ਲਈ ਬਹੁਤ ਬਖੂਬੀ ਕੰਮ ਕਰ ਰਿਹਾ। ਅਤੇ ਮੈਂ ਤਹਿ ਦਿਲੋਂ ਰੱਬ ਅੱਗੇ ਅਰਦਾਸ ਕਰਦਾ ਕਿ ਇਹ ਜਿਹੜਾ ਚੈਨਲ ਹੈ ਇਹ ਹੋਰ ਵੱਧ ਤਰੱਕੀਆਂ ਕਰੇ ਅਤੇ ਕੌਮ ਦੀ ਸੇਵਾ ਇਸੇ ਤਰ੍ਹਾਂ ਹੀ ਕਰਦਾ ਰਹੇ। ਜਿਹੜੀ ਗੱਲ ਇੱਕ ਪਹਿਲਾਂ ਤੁਸੀਂ ਮੇਰੇ ਨਾਮ ਦੇ ਨਾਲ ਇੱਕ ਤਖੱਲਸ ਲਾਇਆ ਕਿ ਮਾਇਆ ਨਾਜ਼ ਵਾਲੀ ਗੱਲ ਹੈ, ਮੈਂ ਬੇਨਤੀ ਕਰਾਂਗਾ ਕਿ ਇਸ ਤਖੱਲਸ ਨੂੰ ਵਾਪਸ ਲਿਆ ਜਾਵੇ। ਦਾਸ ਤਾਂ ਇੱਕ ਛੋਟਾ ਜਿਹਾ ਸੇਵਾਦਾਰ ਆ ਅਤੇ ਕੋਸ਼ਿਸ਼ ਕਰਦਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਆਪਦੀ ਜ਼ਿੰਦਗੀ ਦਾ ਹਰ ਸਾਹ ਅਤੇ ਹਰ ਪਲ ਕੌਮ ਦੇ ਧਰਮ ਦੇ ਲਈ ਲਿਖੇ ਲੱਗ ਸਕੇ। ਸੋ ਜੋ ਪਰਮਪਾਲ ਜੀ ਤੁਸੀਂ ਜ਼ਿਕਰ ਕੀਤਾ, ਤੁਹਾਡਾ ਮਨ ਦਾ ਬਲਬਲਾ ਬੜਾ ਹੀ ਕੌਮ ਪ੍ਰਸਤੀ ਵਾਲੀ ਗੱਲ ਕੀਤੀ ਹੈ ਤੁਸੀਂ ਕਿ ਜਿਸ ਜਥੇਬੰਦੀ ਵਿੱਚੋਂ ਤੁਸੀਂ ਆਏ ਹੋ, ਮੈਂ ਆਪਣੇ ਆਪ ਨੂੰ ਇੱਕ ਮਾਣ ਮਹਿਸੂਸ ਕਰਦਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਜਥੇਬੰਦੀ ਹੈ ਇਹ ਆਪਣੇ ਆਪ ਦੇ ਵਿੱਚ ਜਦੋਂ ਇਹਦਾ ਨਾਮ ਆ ਜਾਂਦਾ ਤਾਂ ਲੋਕ ਬਹੁਤ ਵੱਡੀ ਇਹ ਤੋਂ ਆਸ ਰੱਖਦੇ ਆ ਜੀ, ਅਤੇ ਜਦੋਂ ਇਸ ਦੇ ਵਿੱਚ ਕੋਈ ਵਰਕਰ ਦੇ ਤੌਰ 'ਤੇ ਸ਼ਾਮਿਲ ਹੁੰਦਾ ਤਾਂ ਉਹ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦਾ, ਕੌਮ ਦੇ ਇਹ ਜਿਹੜੇ ਭਾਰ ਨੂੰ ਆਪਣੇ ਮੋਢਿਆਂ 'ਤੇ ਲੈ ਕੇ ਚੱਲਣ ਦੀ ਗੱਲ ਕਰਦਾ। ਜਿਹੜੀ ਸਿੱਖੀ ਹੈ ਇਹ ਬੜੀ ਜਿੱਥੇ ਵਡਬੋਲੀ ਹੈ ਅਤੇ ਇੱਕ ਵਿਲੱਖਣ ਹੈ। ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਜੋ ਖਾਲਸੇ ਦੀ ਸਾਜਨਾ ਕੀਤੀ ਹੈ, ਇਹ ਇੱਕ ਨਿਰਾਲਾ ਪੰਥ ਸਾਜਿਆ। ਦੁਨੀਆ ਦੇ ਅੰਦਰ ਬਹੁਤ ਸਾਰੇ ਧਰਮ ਨੇ, ਮੈਂ ਸਟੇਜ 'ਤੇ ਬੈਠ ਕੇ ਕਿਸੇ ਧਰਮ ਨੂੰ ਨੀਵਾਂ ਦਿਖਾਉਣ ਜਾਂ ਨਿੰਦਣ ਦੀ ਗੱਲ ਨਹੀਂ ਕਰਾਂਗਾ, ਨਾ ਕੋਈ ਮੁਕਾਬਲੇ ਦੀ ਗੱਲ ਕਰਾਂਗਾ, ਪਰ ਜਿੱਥੇ ਦੁਨੀਆ ਦੇ ਇਤਿਹਾਸ ਦੀ ਗੱਲ ਆਉਂਦੀ ਆ, ਅਸੀਂ ਕਰੀਬ 300 ਸਾਲ ਪੁਰਾਣਾ ਸਾਡਾ ਇਤਿਹਾਸ ਹੈ, ਇਸ ਇਤਿਹਾਸ ਦੇ ਅੰਦਰ ਜੋ ਦੁਨੀਆ ਦੇ ਅੰਦਰ ਸਤਿਕਾਰ ਪ੍ਰਾਪਤ ਕੀਤਾ, ਮਾਣ ਪ੍ਰਾਪਤ ਕੀਤਾ ਜਾਂ ਮਨੁੱਖਤਾ ਦੀ ਸੇਵਾ ਦੀ ਗੱਲ ਕੀਤੀ ਹੈ, ਇਸ ਦਾ ਮੁਕਾਬਲਾ ਮੈਂ ਸਮਝਦਾ ਕਿ ਅੱਜ ਦੁਨੀਆ ਦੇ ਕਿਸੇ ਧਰਮ ਕੋਲ ਏਡਾ ਵੱਡਾ ਸਰਮਾਇਆ ਨਹੀਂ। ਜਿਹੜੀ ਗੱਲ ਮੈਂ ਮਾਣ ਮਹਿਸੂਸ ਕਰਦਾ ਉਹ ਜਦੋਂ ਵੀ ਅਸੀਂ ਨੌਜਵਾਨ 'ਚ ਜਾਂਦੇ ਹਾਂ, ਨੌਜਵਾਨਾਂ 'ਚ ਜਾਂਦੇ ਹਾਂ ਜਾਂ ਫੈਡਰੇਸ਼ਨ ਦਾ ਜਿਹੜਾ ਮੁੱਖ ਹੈ
ਉਹਦਾ ਮਤਲਬ ਇਹੀ ਹੈ ਕਿ ਜਿਹੜਾ ਸਾਡੇ ਕੋਲ ਸਰਮਾਇਆ, ਅਸੀਂ ਉਸ ਸਰਮਾਏ ਨੂੰ ਆਪਣਾ ਪਿਛੋਕੜ ਅਤੇ ਆਪਣੀ ਜਾਇਦਾਦ ਸਮਝੀਏ। ਬਿਲਕੁਲ ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਸਾਡੇ, ਆਪਾਂ ਪੁੱਛਦੇ ਹਾਂ ਕਿ ਪਿਤਾ ਕੌਣ ਨੇ, ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਡੀ ਮਾਤਾ ਕੌਣ ਆ, ਮਾਤਾ ਸਾਹਿਬ ਸਾਹਿਬ ਕੌਰ, ਕੌਰ, ਅਸੀਂ ਵਾਸੀ ਕਿੱਥੋਂ ਦੇ, ਅਨੰਦਪੁਰ ਸਾਹਿਬ ਦੇ। ਅਤੇ ਜਿਹੜਾ ਕੁਛ ਸਾਡੀ ਕੌਮ ਨੇ ਇਤਿਹਾਸ ਦੇ ਤੌਰ 'ਤੇ ਸਾਨੂੰ ਦਿੱਤਾ, ਉਹਨੂੰ ਅਸੀਂ ਆਪਣੀ ਜਾਇਦਾਦ ਸਮਝੀਏ, ਆਪਣੀ ਵਿਰਾਸਤ ਵਿਰਾਸਤ ਸਮਝੀਏ, ਅਤੇ ਇਸ ਵਿਰਾਸਤ ਨੂੰ ਸੰਭਾਲੀਏ, ਅਤੇ ਇਸ ਵਿਰਾਸਤ ਨੂੰ ਅੱਗੇ ਲਿਜਾਈਏ, ਅਤੇ ਇਸ ਵਿਰਾਸਤ ਨੂੰ ਵਧਾਈਏ। ਇਹ ਸਾਡੇ ਮਨ ਦੇ ਅੰਦਰ ਸੋਚ ਹੋਣੀ ਚਾਹੀਦੀ ਹੈ। ਸੋ ਇਸੇ ਗੱਲ ਨੂੰ ਲੈ ਕੇ, ਕਿਉਂਕਿ ਸਾਡੇ ਮੁੜ ਤੋਂ ਲੈ ਕੇ, ਮੇਰੇ ਜਨਮ ਤੋਂ ਲੈ ਕੇ, ਮੇਰੇ ਮਾਤਾ ਜਿਹੜੇ ਸੀ ਉਹ ਬਹੁਤ ਧਰਮੀ ਖਿਆਲਾਂ ਦੇ ਸਨ, ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਸਨ। ਉੱਥੋਂ ਅਸੀਂ ਇਕੱਠੇ ਇੱਕ ਸੇਵਾ ਦਲ ਸਾਡਾ ਸੀ, ਉਹ ਸੇਵਾ ਦਲ ਅੱਗੇ ਬਣਦਾ ਬਣਦਾ, ਮੈਂ ਗੁਰੂ ਨਾਨਕ ਦੇਵ ਕਾਲਜ ਪੜ੍ਹਦਾ ਸੀ ਉਦੋਂ, ਜੋ ਸੰਘਰਸ਼ ਚੱਲਿਆ ਜਿਹੜਾ 1978 ਦਾ ਕਾਂਡ ਵਾਪਰਿਆ, ਉਸ ਤੋਂ ਬਾਅਦ 1982 ਵਿੱਚ ਮੈਂ GNE ਕਾਲਜ ਦਾਖਲ ਹੋਇਆ। ਇਹ ਜਿਹੜਾ ਕਾਲਜ ਆ, ਇਹ ਕਿਉਂਕਿ ਸਿੱਖਾਂ ਦੀ ਸੰਸਥਾ ਹੈ, ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਇੱਥੇ ਰਿਜ਼ਰਵੇਸ਼ਨ ਮਿਲਦੀ ਆ। ਸੋ ਬੜਾ ਚੰਗਾ ਮਾਹੌਲ ਸੀ, ਅਤੇ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕੌਮ ਦੇ ਹੱਕਾਂ ਦੀ ਲੜਾਈ ਆਰੰਭੀ ਸੀ, ਉਸ ਦੇ ਵਿੱਚ ਅਸੀਂ ਸ਼ਾਮਿਲ ਹੋਏ। ਅਤੇ ਮੈਂ ਮਾਣ ਮਹਿਸੂਸ ਕਰਦਾ ਕਿ ਉਸ ਆਪਰੇਸ਼ਨ ਬਲੂ ਸਟਾਰ ਵੇਲੇ ਅਸੀਂ ਉੱਥੇ ਸੀ। ਇਹ ਕਿਉਂ ਉੱਥੇ ਸੀ, ਉਹਦੇ ਵਿੱਚ ਜਦੋਂ ਪਹਿਲਾਂ ਸੰਤ ਮਹਾਂਪੁਰਸ਼ਾਂ ਨੇ ਜਿਹੜਾ ਮੁਹਿੰਮ ਚਲਾਈ ਸੀ ਦਰਬਾਰ ਸਾਹਿਬ ਦੀ ਰਾਖੀ ਦੀ, ਉਹਦੇ ਵਿੱਚ ਅਸੀਂ ਜਥੇ ਲੈ ਕੇ ਜਾਂਦੇ ਸੀ, ਅਸੀਂ ਇਲਾਕੇ ਵੱਲੋਂ ਜਥੇ ਲੈ ਕੇ ਜਾਂਦੇ ਸੀ। ਤਾਂ ਉੱਥੇ ਇਹ ਗੱਲ ਕਹੀ ਜਾਂਦੀ ਸੀ ਕਿ ਜੇ ਆਉਣ ਵਾਲੇ ਸਮੇਂ 'ਤੇ ਦਰਬਾਰ ਸਾਹਿਬ 'ਤੇ ਕੋਈ ਹਮਲਾ ਹੁੰਦਾ ਕਿਸੇ ਤਰ੍ਹਾਂ ਦਾ, ਤਾਂ ਅਸੀਂ ਰਾਖੀ ਕਰਨ ਵਾਸਤੇ ਪਹੁੰਚਣਾ ਸਾਡਾ ਫਰਜ਼ ਹੈ। ਸੋ ਜਦੋਂ 1 ਤਰੀਕ ਨੂੰ ਉੱਥੇ ਅਟੈਕ ਹੁੰਦਾ, ਉਦੋਂ ਤਾਂ CRPF ਸੀ, ਅਤੇ ਉਸ ਅਟੈਕ ਤੋਂ ਬਾਅਦ ਅਸੀਂ 2 ਤਰੀਕ ਨੂੰ ਗਏ, 2 ਤਰੀਕ ਨੂੰ ਕਰਫਿਊ ਲੱਗਾ ਸੀ, ਪਰ ਉੱਥੇ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਪਰ ਫਿਰ ਵੀ ਅਸੀਂ ਬਹੁਤ ਜਫਰ ਜਾਲ ਕੇ DC ਤੋਂ ਪਰਮਿਸ਼ਨ ਲੈ ਕੇ ਕਿ ਅਸੀਂ ਉੱਥੇ ਜਾਣਾ, ਸਾਡੇ ਕੋਈ ਰਿਸ਼ਤੇਦਾਰ ਨੇ ਉੱਥੇ, ਹੋਰ ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਉੱਥੇ ਪਹੁੰਚੇ, ਜੋ ਸਾਡੇ ਮਨ ਦੀ ਜਿਵੇਂ ਕਹਿੰਦੇ ਹੁੰਦੇ ਤਮੰਨਾ ਸੀ ਕਿ ਇਸ ਮੌਕੇ 'ਤੇ ਪਹੁੰਚਣਾ ਸਾਡਾ ਜ਼ਰੂਰੀ ਹੈ। ਅਤੇ ਉੱਥੇ ਜਾ ਕੇ ਜਦੋਂ ਵੇਖਿਆ ਅਸੀਂ ਕਿ 3 ਤਰੀਕ ਨੂੰ ਫੌਜ ਨੇ ਘੇਰਾ ਬਣਾ ਲਿਆ, ਮੋਰਚਾਬੰਦੀ ਕਰ ਲਈ, ਤਾਂ ਉਦੋਂ ਇਹ ਪਤਾ ਲੱਗ ਗਿਆ ਸੀ 3 ਤਰੀਕ ਰਾਤ ਨੂੰ ਕਿ ਇਹ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੋਣ ਵਾਲਾ, ਅਤੇ 4 ਤਰੀਕ ਨੂੰ ਸਵੇਰੇ ਹਮਲਾ ਹੋ ਜਾਂਦਾ। ਸੋ ਉਸ ਹਮਲੇ ਦੇ ਵਿੱਚ ਜਿੰਨੀ ਕੁ ਗੁਰੂ ਨੇ ਕਿਰਪਾ ਕੀਤੀ, ਸੇਵਾ ਕਰ ਸਕੇ, ਉਸ ਤੋਂ ਬਾਅਦ ਉੱਥੇ ਗ੍ਰਿਫਤਾਰੀ ਹੋਈ, ਨਾਭਾ ਜੇਲ੍ਹ ਰਹੇ, ਉਸ ਤੋਂ ਫੌਜੀ ਕੈਂਪਾਂ ਦੇ ਵਿੱਚ ਰਹੇ, ਉਸ ਤੋਂ ਬਾਅਦ ਜੋਧਪੁਰ ਜੇਲ੍ਹ 'ਚ ਰਹੇ। ਮੈਂ ਕਈ ਵਾਰ ਮਾਣ ਮਹਿਸੂਸ ਕਰਦਾ ਇਸ ਗੱਲ ਦਾ, ਮੇਰੀ ਮਾਤਾ ਕਈ ਵਾਰੀ ਇਹ ਗੱਲ ਕਹਿ ਦਿੰਦੀ ਸੀ ਕਿ ਤੇਰੇ ਨਾਲ ਦਾ ਕੋਈ ਐਕਸੀਨ ਬਣ ਗਿਆ, ਕੋਈ ਚੀਫ ਇੰਜੀਨੀਅਰ ਬਣ ਗਿਆ, ਅਤੇ ਹਾਲਾਂਕਿ ਮਾਂ ਦਾ ਆਸ਼ੀਰਵਾਦ ਹੀ ਰਿਹਾ ਮੇਰੇ 'ਤੇ ਇਸ ਲਾਈਨ ਵਿੱਚ ਆਉਣ 'ਚ। ਪਰ ਊਂ ਕਈ ਵਾਰੀ ਮਾਂ ਬਾਪ ਗਿਲਾ ਕਰ ਦਿੰਦੇ ਆ, ਪਰ ਮੈਂ ਇਹ ਮੈਂ ਅੱਜ ਸਵਾਲ ਪੁੱਛਣ ਹੀ ਲੱਗਿਆ ਸੀ ਇਸ ਗੱਲ ਦਾ ਵੀ GNE ਕਾਲਜ ਦੇ ਵਿੱਚ ਇੰਜੀਨੀਅਰਿੰਗ ਦਾ ਸਟੂਡੈਂਟ ਔਰ ਕਿਵੇਂ ਮਨ ਵਿੱਚ ਆਇਆ? ਕਿਉਂਕਿ ਅੱਜ ਕੱਲ੍ਹ ਜਦੋਂ ਵੀ ਨੌਜਵਾਨਾਂ 'ਚ ਗੱਲ ਕਰੀ ਦੀ ਯਾਰ ਥੋੜ੍ਹੀ ਜਿਹੀ ਪੋਲੀਟੀਕਲੀ ਅੱਗੇ ਆਓ, ਅਤੇ ਉਹ ਜੋ ਮਾਹੌਲ ਚੱਲਦਾ ਉਹਨੂੰ ਵੇਖ ਕੇ ਹਰ ਕੋਈ ਕਹਿੰਦਾ ਯਾਰ ਮੈਂ ਇਹ ਗਟਰ 'ਚ ਨਹੀਂ ਜਾਣਾ ਚਾਹੁੰਦਾ। ਨਹੀਂ ਚਲੋ ਉਦੋਂ ਤਾਂ ਮਤਲਬ ਬਿਲਕੁਲ ਜਾਨ ਸੋਲੀ 'ਤੇ ਟੰਗੀ ਪਈ ਸੀ। ਮੈਂ ਇਹ ਗੱਲ ਕਰਦਾ ਕਿ ਜਿਹੜਾ ਗੁਰੂ ਸਾਹਿਬਾਨ ਨੇ ਜੋ ਸਾਨੂੰ ਵਿਰਾਸਤ ਦਿੱਤੀ ਆ, ਬਿਲਕੁਲ ਵੇਖੋ, ਇੱਕ 7 ਸਾਲ ਦੇ ਬੱਚੇ, ਇੱਕ 9 ਸਾਲ ਦੇ ਬੱਚੇ ਨੇ, ਇੱਕ ਬਹੁਤ ਜਿਨ੍ਹਾਂ ਨੇ ਬਾਬੇ ਦਾ ਖਿਤਾਬ ਪ੍ਰਾਪਤ ਕੀਤਾ ਹੈ ਕਿ ਇੱਕ ਦੁਨੀਆ ਵਾਸਤੇ, ਜਿਵੇਂ ਉਹ ਇੱਕ ਲਿਖਾਰੀ ਲਿਖਦਾ ਕਹਿੰਦਾ ਜੇ ਹਿੰਦ 'ਚ ਤੀਰਥ ਆ ਤਾਂ ਉਹ ਕਹਿੰਦੇ ਫਤਿਹਗੜ੍ਹ ਸਾਹਿਬ ਆ, ਬਿਲਕੁਲ, ਅਤੇ ਜਿੱਥੇ ਆਪਣੇ ਬਾਪ ਨੇ ਧਰਮ ਦੇ ਲਈ ਬੇਟੇ ਜਿਹੜੇ ਕਤਲ ਕਰਵਾਏ। ਸੋ ਇਹ ਬਹੁਤ ਵੱਡੀ ਵਿਰਾਸਤ ਆ ਸਾਡੀ, ਜੇ ਅਸੀਂ ਨਹੀਂ ਉਹਨੂੰ ਸਾਂਭਾਂਗੇ, ਅਸੀਂ ਇਹਨੂੰ ਅੱਗੇ ਨਹੀਂ ਲਿਖ ਜਾਵਾਂਗੇ। ਵੇਖੋ ਦੁਨੀਆ ਦੇ ਅੰਦਰ ਇੱਕੋ ਇੱਕ ਐਸਾ ਧਰਮ ਹੈ, ਇੱਥੇ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਅਸੀਂ ਇੱਥੇ ਪ੍ਰਜਾਤੰਤਰ ਦੀ ਗੱਲ ਕਰਦੇ ਹਾਂ, ਇਦੋਂ ਸਿੱਖ ਕੌਮ ਦੇ ਸਿਧਾਂਤ ਤੋਂ ਵੱਡਾ ਲੋਕਤੰਤਰ ਕੋਈ ਨਹੀਂ। ਬਿਲਕੁਲ, ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 5 ਪ੍ਰਧਾਨ ਦੀ ਗੱਲ ਆਉਂਦੀ ਆ, ਉਸ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਉਸੇ ਲੋਕਤੰਤਰ ਨੂੰ ਅੱਗੇ ਪ੍ਰਵਾਨਗੀ ਦਿੱਤੀ ਆ, ਅਤੇ 5 ਪਿਆਰੇ ਸਾਜ ਕੇ ਵੱਖ ਵੱਖ ਧਰਮਾਂ ਦੇ ਵੱਖ ਵੱਖ, ਇਹ ਦੇਖੋ ਇਹ ਸਿਧਾਂਤ ਨੂੰ ਪ੍ਰਚੋਲਣ ਲੱਗੀ, ਇਸ ਦਾ ਮੁੱਲ ਕੋਈ ਨਹੀਂ। ਦੁਨੀਆ ਦੇ ਵਿੱਚ ਜੇ ਕੋਈ ਬਰਾਬਰਤਾ ਦੀ ਗੱਲ ਕੀਤੀ ਆ, ਪਿਛਲੇ ਸਮੇਂ 'ਚ ਮਾਰਕਸਵਾਦ ਲੈਨਿਨਵਾਦ ਨੇ ਬੜੀ ਬਰਾਬਰਤਾ ਦੀ ਗੱਲ ਕੀਤੀ, ਹੋਰ ਕੀਤੀ, ਪਰ ਗੁਰੂ ਸਾਹਿਬ ਤੋਂ ਵੱਧ ਇਸ ਦੁਨੀਆ ਦੇ ਅੰਦਰ ਬਰਾਬਰਤਾ ਦੀ ਗੱਲ ਮੈਂ ਸਮਝਦਾ ਕੋਈ ਨਹੀਂ ਕਰ ਸਕਦਾ। ਇਸੇ ਕਰਕੇ ਮੈਂ ਸਮਝਦਾ ਕਿ ਪਿਛਲੇ ਸਮੇਂ ਕਾਮਰੇਡੀ ਜਿਹੜਾ ਸਾਡਾ ਇਸ ਘਰ ਚੱਲਿਆ, ਉਹਨਾਂ ਨੇ ਵੀ ਇਹ ਗੱਲ ਕਹਿਣੀ ਮਜਬੂਰ ਹੋਏ ਕਿ ਗੁਰੂ ਗੋਬਿੰਦ ਸਿੰਘ ਦਾ ਰਾਹ ਸਾਡਾ ਰਾਹ। ਮੈਂ ਇਹਨਾਂ ਦਾ ਸੁਣਦਾ ਰਿਹਾ 1977 ਦੇ ਵਿੱਚ ਜਾਂ ਉਦੋਂ ਪਹਿਲਾਂ ਦੀਆਂ ਗੱਲਾਂ ਆਉਂਦੀਆਂ। ਸੋ ਇਹ ਗੱਲ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨਕਲਾਬ ਦੀ ਗੱਲ ਕੀਤੀ ਹੈ, ਠੀਕ ਹੈ, ਬਰਾਬਰਤਾ ਦੀ ਗੱਲ ਕੀਤੀ ਹੈ, ਦੁਨੀਆ ਦੇ ਅੰਦਰ ਇੱਕ ਐਸੀ ਸਿਧਾਂਤ ਦੀ ਸਿਰਜਣਾ ਕੀਤੀ ਕਿ ਜੇ ਕਿਤੇ ਜਬਰ ਜ਼ੁਲਮ ਹੁੰਦਾ ਤਾਂ ਸਾਡਾ ਇੱਕ ਅਖਲਾਕੀ ਫਰਜ਼ ਬਣਦਾ। ਅੱਜ ਤਾਂ ਕੀ ਹੈ ਵੀ ਸੜਕ 'ਤੇ ਐਕਸੀਡੈਂਟ ਹੋ ਗਿਆ, 2 ਬੰਦੇ ਲੜ ਰਹੇ ਆ, ਆਪਾਂ ਦੇਖਦੇ ਹਾਂ ਵੀਡੀਓ ਆ ਰਹੀ ਹੈ,
ਉਹਦੇ ਵਿੱਚ ਕੋਈ ਬੰਦਾ ਕਿਸੇ ਨੂੰ ਮਾਰਿਆ, ਲੋਕ ਖੜ ਕੇ ਤਮਾਸ਼ਾ ਦੇਖ ਰਹੇ ਆ, ਈਵਨ ਕਿ ਵੀਡੀਓ ਬਣਾ ਰਹੇ ਆ, ਪਰ ਇਹ ਇਹ ਚੀਜ਼ ਸਵਾਰਥ ਨਾਲ ਜੁੜ ਗਈ ਹੈ। ਗੁਰੂ ਸਾਹਿਬ ਨੇ ਸਿੱਖ ਦੇ ਮਨ ਦੇ ਅੰਦਰ ਇਹੋ ਹੀ ਭਾਵਨਾ ਪੈਦਾ ਕੀਤੀ ਆ ਕਿ ਤੇਰਾ ਇੱਕ ਅਖਲਾਕੀ ਫਰਜ਼ ਬਣਦਾ ਕਿ ਤੂੰ ਉਸ ਸਿਧਾਂਤ ਦੀ ਪਾਲਣਾ ਕਰਦਾ ਹੋਇਆ ਤੂੰ ਆਪਣਾ ਜੀਵਨ ਜਿਉਏ ਤਾਂ ਕਿ ਦੁਨੀਆ ਲਈ ਉਦਾਹਰਣ ਬਣੇ। ਵੀ ਜੀ ਜਦੋਂ ਵੀ ਅਸੀਂ ਮੰਨ ਲਓ ਕਾਲਜ 'ਚ ਪੜ੍ਹਦੇ ਹਾਂ, ਅੱਜ ਵੀ ਅਤੇ ਉਦੋਂ, ਕਿਉਂਕਿ ਤੁਸੀਂ ਦੋਵੇਂ ਦਸ਼ਕ ਹੰਢਾਏ ਹੋਏ ਨੇ, ਅਤੇ ਮਨ ਵਿੱਚ ਇਹ ਚੇਤਨਤਾ ਹੁੰਦੀ ਹੈ ਕਿ ਮੈਂ ਕੁਛ ਇਨਕਲਾਬ ਲਿਆ, ਮੈਂ ਜੋ ਵੀ ਆਸੇ ਪਾਸੇ ਬੁਰਾਈਆਂ ਨੇ ਇਹਦੇ ਖਾਤਮੇ ਲਈ ਕੰਮ ਕਰਨਾ, ਅਤੇ ਮੇਰੇ ਦਿਲ ਦੀ ਰੀਝ ਹੈ ਵੀ ਮੈਂ ਕੁਛ ਕਰਾਂ। ਜਿਵੇਂ ਤੁਸੀਂ GNE ਕਾਲਜ ਦੇ ਵਿੱਚੋਂ ਇੱਕ ਮਨ 'ਚ ਪ੍ਰੇਰਨਾ ਲੈ ਕੇ ਤੋਂ ਚੱਲਦੇ ਹੋ ਕਿ ਮੈਂ ਪੰਥ ਲਈ ਕੁਛ ਕਰਨਾ, ਅਤੇ ਬਹੁਤੀ ਵਾਰੀ ਜਿੰਨੇ ਵੀ ਸਟੂਡੈਂਟਸ ਹੁੰਦੇ ਨੇ ਉਹਨਾਂ ਉਹ ਸਾਰੀ ਜ਼ਿੰਦਗੀ ਸੰਘਰਸ਼ੀ ਲੰਘ ਜਾਂਦੀ ਹੈ, ਪਰ ਤੁਹਾਨੂੰ ਸੱਚੇ ਪਾਤਸ਼ਾਹ ਜੀ ਕਿਰਪਾ ਹੋਈ, ਬਖਸ਼ਿਸ਼ ਹੋਈ ਕਿ ਤੁਸੀਂ ਸੰਘਰਸ਼ ਵੀ ਕੀਤਾ, ਉਸ ਸੰਘਰਸ਼ ਦਾ ਟਾਈਮ ਵੀ ਹੰਡਾਇਆ, ਅਤੇ ਸੰਘਰਸ਼ ਕਰਦਿਆਂ ਕਰਦਿਆਂ ਇੱਕ ਇਹੋ ਜਿਹਾ ਟਾਈਮ ਅੱਜ ਆਇਆ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਚੇਅਰ 'ਤੇ ਹੋ ਜਿੱਥੇ ਕੌਮ ਦੇ ਵੱਡੇ ਫੈਸਲਿਆਂ ਦਾ ਮੰਥਨ ਹੋਣਾ ਹੁੰਦਾ, ਤੁਸੀਂ ਇਹ ਕਿਵੇਂ ਫੀਲ ਕਰਦੇ ਹੋ ਕਿ ਅੱਜ, ਕਿਉਂਕਿ ਤੁਸੀਂ ਉਹ ਪੀੜਾ ਨੂੰ ਵੀ ਹੰਡਾਇਆ ਕਿ ਪੰਥ ਲਈ ਉਦੋਂ ਵੀ ਜਜ਼ਬਾ ਸੀ, ਬਲਬਲੇ ਸੀ ਕਿ ਅਸੀਂ ਆਹ ਚੀਜ਼ ਚੇਂਜ ਕਰਨਾ ਚਾਹੁੰਦੇ ਹਾਂ, ਇਹਦੇ 'ਚ ਨਵੀਨਤਾ ਲਿਆਉਣਾ ਚਾਹੁੰਦੇ ਹਾਂ, ਆਹ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ, ਧਰਮ ਪ੍ਰਚਾਰ ਇੱਦਾਂ ਹੋਣਾ ਚਾਹੀਦਾ, ਸਾਡੇ ਹੱਕਾਂ ਦੀ ਗੱਲ ਇੱਦਾਂ ਹੋਣੀ ਚਾਹੀਦੀ ਹੈ, ਅੱਜ ਤੁਸੀਂ ਉਸ ਪੋਜੀਸ਼ਨ 'ਤੇ ਹੋ, ਤੁਸੀਂ ਜਿੱਥੇ ਮਾਣ ਮਹਿਸੂਸ ਕਰਦੇ ਹੋ ਉੱਥੇ ਕਿੱਦਾਂ ਦਾ ਫੀਲ ਕਰਦੇ ਹੋ ਵੀ ਕਿੰਨਾ ਕੁ ਕਾਮਯਾਬ ਹੋਏਗਾ ਉਹ ਸਾਰਾ ਤਜ਼ਰਬਾ। ਮੈਂ ਨਾ ਜੀ ਪਰਮਪਾਲ ਜੀ ਇੱਕ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਸੋਚ ਦਾ ਧਾਰ ਰਹੀ ਹਾਂ, ਉਹ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਆਪਾਂ ਆਮ ਤੌਰ 'ਤੇ ਗੱਲ ਕਹਿ ਦਿੰਦੇ ਹਾਂ ਵੀ ਕਰਮ ਕਰ ਜੀ ਫਲ ਦੀ ਇੱਛਾ ਨਾ ਰੱਖ, ਮੈਨੂੰ ਇਹ ਗੱਲ ਯਾਦ ਆ ਕਿ ਜਦੋਂ ਅਸੀਂ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਉਸ ਤੋਂ ਬਾਅਦ ਅਸੀਂ ਜੋਧਪੁਰ ਚਲੇ ਗਏ, ਜੋਧਪੁਰ ਜੇਲ੍ਹ ਦੇ ਅੰਦਰ ਜੋ ਹਾਲਾਤ ਸੀ ਉਦੋਂ ਅਸੀਂ ਇਹ ਸੋਚਦੇ ਸੀ ਕਿ ਜਿਹੜਾ ਸਾਡੇ 'ਤੇ ਕੇਸ ਚੱਲੇਗਾ, ਜਿਵੇਂ ਸਾਡੇ ਤੋਂ ਕੋਈ ਸੀਨੀਅਰ ਸੀਗੇ, ਵਿਰਸਾ ਸਿੰਘ ਬਟੋਆ ਹੁਣੀ ਹੋ ਗਏ, ਹੋਰ ਹੋ ਗਏ, ਹਰਮਿੰਦਰ ਸਿੰਘ ਸੰਧੂ ਹੋ ਗਏ, ਅਤੇ ਸਾਨੂੰ ਇਹ ਸੀ ਵੀ ਇਹਨਾਂ ਨੂੰ ਸ਼ਾਇਦ ਫਾਂਸੀ ਲੱਗੇਗੀ, ਅਸੀਂ ਕਿ 10-15 ਸਾਲਿਆਂ 'ਚ ਆਵਾਂਗੇ ਉਦੋਂ ਥੱਲੜੇ ਕਿਸੇ ਜਾਣਗੇ। ਅਸੀਂ ਉੱਥੇ ਇੱਕ ਹਾਸੇ ਵਾਲੀ ਗੱਲ ਆ ਕਿ ਅਸੀਂ ਉੱਥੇ ਆਪ ਜਿਹੜੀ ਪੜ੍ਹਾਈ ਸੀ ਸਾਡੀ, ਕਿਉਂਕਿ ਰੋਗੀ, ਅਸੀਂ ਉੱਥੇ ਗਿਆਨੀ ਪੜ੍ਹੀ, ਅਸੀਂ ਗਿਆਨੀ ਪਾਸ ਕੀਤੀ। ਉਹ ਗਿਆਨੀ ਦਾ ਅਰਥ ਸੀ ਕਿ ਗਿਆਨੀ ਪੜ੍ਹਨ ਤੋਂ ਬਾਅਦ ਬੰਦੇ ਨੂੰ ਜਿਹੜਾ ਜੇਲ੍ਹ ਦੇ ਅੰਦਰ ਚੰਗਾ ਸਟੇਟਸ ਮਿਲਦਾ। ਓਕੇ ਜੀ, ਹਾਂਜੀ। ਅਤੇ ਅਸੀਂ ਆਪ ਕਿ ਜਿਹੜੇ ਸਾਡੇ ਅਨਪੜ੍ਹ ਬੰਦੇ ਸੀ ਉਹਨਾਂ ਦੇ ਅਸੀਂ ਪੇਪਰ ਦਿੱਤੇ, ਉਹਨਾਂ ਨੂੰ ਬੁੱਧੀਮਾਨੀ ਕਰਾਈ, ਗਿਆਨੀ ਕਰਾਈ, ਵੀ ਤਾਂ ਕਿ ਭਰਾਵੋ ਆਪਾਂ ਸਾਰੀ ਉਮਰ ਜੇਲ੍ਹ ਹੀ ਕੱਟਣੀ ਆ ਅਤੇ ਜੇਲ੍ਹ ਜਿਹੜੀ ਆ ਚੰਗੀ ਹੋ ਜੇ, ਥੋੜ੍ਹਾ ਜਿਹਾ ਸੁਰਖਰੂ ਹੋ ਜਾਈਏ। ਅਤੇ ਪਰ ਇਹ ਆ ਵੀ ਉਦੋਂ ਮਨ 'ਚ ਕਦੇ ਵੀ ਇਸ ਤਰ੍ਹਾਂ ਦੀ ਲਾਲਸਾ ਲੈ ਕੇ ਨਹੀਂ ਚੱਲੇ ਵੀ ਅਸੀਂ ਕੋਈ ਰੁਤਬਾ ਲੈਣਾ ਜਾਂ ਸਿਆਸੀ ਜਮਾਤ ਵਿੱਚ ਜਾਣਾ। ਸਾਡੇ ਮਨ ਦੇ ਅੰਦਰ ਤਾਂ ਕੌਮ ਦੇ ਲਈ ਇੱਕ ਲੜਾਈ ਸੀ ਜਿਹੜੀ ਹਰ ਸਿੱਖ ਦੇ ਬੱਚੇ ਦੇ ਅੰਦਰ ਹੁਣ ਵੀ ਹੋਣੀ ਚਾਹੀਦੀ ਆ। ਬਿਲਕੁਲ। ਅਤੇ ਉਸ ਤੋਂ ਬਾਅਦ ਹਾਲਾਤ ਆਪਣੇ ਆਪ ਹੀ ਤੁਹਾਨੂੰ ਅਗਵਾਈ ਕਰਦੇ ਆ। ਬਿਲਕੁਲ। ਇਹ ਕੋਈ ਸਾਡਾ ਕੋਈ ਮਕਸਦ ਰਾਜਨੀਤੀ 'ਚ ਆਉਣਾ ਨਹੀਂ ਸੀ। ਜਦੋਂ ਅਸੀਂ ਬਾਹਰ ਆਏ ਕਿਨਾ 1990 ਦੇ ਵਿੱਚ ਬਾਹਰ ਆਏ, ਅਤੇ ਬਾਹਰ ਆ ਕੇ ਜਦੋਂ ਅਸੀਂ ਇਸ ਲੜਾਈ ਨੂੰ ਅੱਗੇ ਲਗਾਇਆ, ਉਦੋਂ ਸੰਘਰਸ਼ ਦਾ ਕਾਫੀ ਕਿਨਾ ਦੌਰ ਚੱਲ ਰਿਹਾ ਸੀ, ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਸੀ, ਉਹਨਾਂ ਦੇ ਵਿੱਚ ਅਸੀਂ ਚੱਲਦੇ ਚੱਲਦੇ ਅਸੀਂ ਇਹ ਗੱਲ ਸੋਚੀ ਕਿ ਅਸੀਂ ਪੰਜਾਬ, ਅਸੀਂ ਸਿੱਖਾਂ ਵਾਸਤੇ ਕੰਮ ਕਰਨਾ। ਸਿੱਖੀ ਕਿੱਥੇ ਜਨਮੀ ਆ? ਸਿੱਖੀ ਪੰਜਾਬ ਦੇ ਅੰਦਰ ਜਨਮੀ ਆ। ਜੇ ਪੰਜਾਬ ਨੂੰ ਮਜ਼ਬੂਤ ਕਰਾਂਗੇ ਤਾਂ ਮੈਨੂੰ ਲੱਗਦਾ ਵੀ ਅਸੀਂ ਸਿੱਖੀ ਦੀ ਸੇਵਾ ਕਰ ਰਹੇ ਹੋਵਾਂਗੇ। ਬਿਲਕੁਲ। ਸੋ ਅਸੀਂ ਉਸ ਸਮੇਂ ਫਿਰ ਦੇਖਿਆ ਆਪਣੇ ਆਪ ਨੂੰ ਵੀ ਜੇ ਇਸ ਗੱਲ ਨੂੰ ਅਸੀਂ ਕਿਸੇ ਲੀਏ ਚਾੜਨਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸਿਆਸੀ ਪਲੇਟਫਾਰਮ ਦੇ ਨਾਲ ਜੁੜੀਏ। ਬਿਲਕੁਲ। ਫਿਰ ਅਸੀਂ ਸਿਆਸਤ ਦੇ ਤੌਰ 'ਤੇ ਜੁੜ ਗਏ, ਪਰ ਇਸ ਤਰ੍ਹਾਂ ਦੀ ਮਨਸ਼ਾ ਕੋਈ ਨਹੀਂ ਸੀਗੀ ਅਸੀਂ ਸ਼੍ਰੋਮਣੀ ਕਮੇਟੀ ਮੈਂਬਰ ਬਣਾਂਗੇ ਜਾਂ ਅੰਤਰ ਕਮੇਟੀ ਮੈਂਬਰ ਬਣਾਂਗੇ। ਪਰ ਇਹ ਤਾਂ ਤੁਹਾਡੇ ਮਨ ਦੀ ਸੁੱਚੀ ਭਾਵਨਾ ਹੈ, ਜੇ ਤੁਸੀਂ ਚੰਗਾ ਕਰਮ ਕਰਦੇ ਹੋ ਤਾਂ ਫਿਰ ਗੁਰੂ ਵੀ ਉਸ ਤੁਹਾਡੀ ਉਸ ਗੱਲ 'ਤੇ ਕਿਰਪਾ ਕਰਦਾ। ਮੈਨੂੰ ਬਿਲਕੁਲ ਹੀ ਇਸ ਗੱਲ ਦਾ ਚੇਤਾ ਨਹੀਂ ਸੀ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਾਂਗੇ। ਹਾਲਾਤ ਐਸੇ ਬਣ ਗਏ, ਬਹਾਨਾ ਬਣ ਗਿਆ, ਪਾਰਟੀ ਨੇ ਟਿਕਟ ਦੇ ਤੀ, ਚਲੋ ਉਹ ਗੁਰੂ ਦੀ ਕਿਰਪਾ ਹੋ ਗਈ, ਸੰਤ ਮਹਾਂਪੁਰਸ਼ਾਂ ਦੇ ਕੋਟੇ ਦਾ ਆਧਾਰ ਦੀ ਗੱਲ ਆ ਗਈ, ਉੱਥੇ ਚਲੋ ਮੈਨੂੰ ਨਾਨਸਰ ਸੰਪਰਦਾਇ ਵੱਲੋਂ ਉਹਨਾਂ ਨੇ ਟਿਕਟ ਦੇ ਤੀ। ਉਸ ਤੋਂ ਬਾਅਦ ਜਦੋਂ ਹੁਣ ਨਵੀਂ ਜਿਹੜੀ ਆ ਐਗਜੈਕਟਿਵ ਬਣੀ ਆ, ਉਸ ਐਗਜੈਕਟਿਵ ਦੇ ਵਿੱਚ ਚਲੋ ਪਾਰਟੀ ਨੇ ਵੀ ਸੋਚਿਆ ਜਾਂ ਕਿੱਦਾਂ ਵੀ ਆ, ਕਿਉਂਕਿ ਇੱਕ ਧੁਨ ਨਾਲ ਕੌਮ ਦੀ ਸੇਵਾ ਕਰ ਰਹੇ ਹਾਂ। ਠੀਕ ਹੈ ਨਾ, ਸਵਾਰਥ। ਮੇਰਾ ਸਵਾਲ ਹੀ ਇਹੀ ਹੈ ਕਿ ਜਿਹੜਾ ਇੰਨੇ ਲੰਬੇ ਸਮੇਂ ਸੰਘਰਸ਼, ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਤਾਂ ਇਹੀ ਉਮੀਦ ਨਹੀਂ ਸੀਗੀ ਵੀ ਅਸੀਂ ਕਦੀ ਜੇਲ੍ਹ 'ਚੋਂ ਵੀ ਬਾਹਰ ਆਵਾਂਗੇ, ਲੇਕਿਨ ਬੰਦੇ ਦੀ ਇੱਕ ਵਿਉਂਤਬੰਦੀ ਹੁੰਦੀ ਹੈ ਮਾਨਸਿਕ ਤੌਰ 'ਤੇ, ਜਦੋਂ ਵੀ ਕੋਈ ਜੁਝਾਰੂ ਜੂਝਦਾ ਹੈ ਤਾਂ ਉਹਦੇ ਮਨ 'ਚ ਇੱਕ ਰੀਝ ਹੁੰਦੀ ਹੈ ਕਿ ਆਹ ਸਾਡਾ ਮੰਜ਼ਲੇ ਮੁਕਾਮ ਹੈ, ਅਸੀਂ ਪੰਥ ਦੀ ਇਸ ਲੈਵਲ ਤੱਕ ਸੇਵਾ ਕਰਨੀ ਹੈ। ਮੈਂ ਉਹੀ ਮਸਲਾ ਮੇਰਾ ਕਿ ਅੱਜ ਦੀ ਜਵਾਨੀ ਇਹ ਜਾਣਨਾ ਚਾਹੁੰਦੀ ਹੈ, ਕਿਉਂਕਿ ਇਹ ਜਿੱਥੇ ਮਾਣ ਵਾਲੀ ਗੱਲ ਹੈ, ਪੰਥ ਨੇ ਦਿੱਤਾ, ਪਾਰਟੀ ਨੇ ਦਿੱਤਾ, ਸਭ ਨੇ ਦਿੱਤਾ,
ਉੱਥੇ ਨਾਲ ਦੀ ਨਾਲ ਇਹ ਪੰਥ ਲਈ ਵੀ ਤੇ ਚੰਗੀ ਗੱਲ ਹੈ ਕਿ ਇੰਨੇ ਤਜਰਬੇ ਚੋਂ ਹੰਢਿਆ ਹੋਇਆ ਬੰਦਾ ਜਿਹੜਾ ਉਸ ਪੋਜੀਸ਼ਨ ਤੇ ਪਹੁੰਚਦਾ ਜਿੱਥੇ ਫੈਸਲੇ ਹੋਣੇ, ਕਿ ਤੁਸੀਂ ਅੱਜ ਫੈਸਲਿਆਂ ਦੇ ਵਿੱਚ ਜਿਹੜੀ, ਕਿਉਂਕਿ ਮੇਰਾ ਸਵਾਲ ਵੀ ਆਏਗਾ ਅੱਗੇ ਜਾ ਕੇ ਕਿ ਹੁਣ ਨਵੀਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਸਾਰੀ ਡਾਇਰੈਕਟਿਵ ਚੇਂਜ ਹੋਈ ਹੈ, ਕਿ ਪੰਥਕ ਤੌਰ ਤੇ ਨਵੀਆਂ ਸਮੱਸਿਆਵਾਂ ਵੀ ਉਦਾਂ ਹੀ ਹੋਈਆਂ ਨੇ ਕਿ ਕੱਲ ਤੱਕ ਸੈਂਟਰ ਗਵਰਨਮੈਂਟ ਨਾਲ ਕਨਫਲਿਕਟ ਸੀਗਾ, ਪੂਰੀ ਮਾਰ ਧਾੜ ਇਦਾਂ ਦਾ ਸਿਸਟਮ ਸੀ, ਥੋੜਾ ਜਿਹਾ ਸ਼ਾਂਤਮਈ ਹੋਇਆ, ਲੇਕਿਨ ਸਾਡੀਆਂ ਚੁਣੌਤੀਆਂ ਇੰਟਰਨੈਸ਼ਨਲ ਗਲੋਬਲਾਈਜੇਸ਼ਨ ਹੋ ਗਈ, ਨਵੀਆਂ ਵੱਧ ਗਈਆਂ, ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਹੁਣ ਕੇਵਲ ਪੰਜਾਬ ਜਾਂ ਇੱਥੋਂ ਦੀ ਇੰਡੀਆ ਜੋਗਾ ਨਹੀਂ ਰਿਹਾ, ਅੱਜ ਪੂਰੀ ਦੁਨੀਆ ਵਿੱਚ ਵੱਸਦਾ ਹੋਇਆ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਦੇਖਦਾ, ਭਾਵੇਂ ਨੈਗੇਟਿਵਲੀ ਦੇਖਦਾ ਜਾਂ ਪੋਜ਼ਿਟਿਵਲੀ ਦੇਖਦਾ। ਅਤੇ ਜਦੋਂ ਤੁਸੀਂ ਜਿਹੜੇ ਸਿਆਸਤ ਵਿੱਚ ਹੀ ਨਹੀਂ ਬਲਕਿ ਧਾਰਮਿਕ ਬਿਰਤੀ ਦੇ ਨਾਲ ਇੱਕ ਜੰਗਜੂ ਉਸ ਜੱਥੇ ਦੇ ਵਿੱਚੋਂ ਆਏ ਹੋ, ਜਿੱਥੇ ਮਨ ਵਿੱਚ ਰੀਝਾਂ ਹੀ ਬਚਪਨ ਤੋਂ ਇਹ ਲਈਆਂ ਹੋਈਆਂ ਕਿ ਅਸੀਂ ਪੰਥ ਲਈ, ਜਜ਼ਬੇ ਲਈ ਕੁਛ ਕਰਨਾ, ਅਤੇ ਅੱਜ ਜਦੋਂ ਉਹ ਮੌਕਾ ਬਣਿਆ, ਤਾਂ ਤੁਹਾਨੂੰ ਲੱਗਦਾ ਵੀ ਕੁਝ ਫੈਸਲੇ ਲੈਣ ਲੱਗਿਆ ਸੌਖ ਹੁੰਦੀ ਹੈ? ਨਹੀਂ, ਇੱਕ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਰੁਪਾਲ ਜੀ ਤੁਹਾਡੇ ਨਾਲ, ਕਿ ਹਾਲਾਤ ਖੂਹ ਦੀਆਂ ਟਿੰਡਾਂ ਨੇ, ਬਿਲਕੁਲ ਇਹ ਬਦਲਦੇ ਰਹਿੰਦੇ ਆ, ਕਦੇ ਅਨੁਕੂਲ ਹੋ ਗਏ, ਕਦੇ ਨਾ ਅਨੁਕੂਲ ਹੋ ਗਏ, ਕਦੇ ਕਿਸੇ ਤਰ੍ਹਾਂ ਦੇ ਹਾਲਾਤ ਆ ਗਏ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ ਆ, ਇਹੋ ਜਿਹੇ ਵੀ ਉਤਰਾਅ ਚੜ੍ਹਾਅ ਦੇਖਿਆ ਕਿ ਗੋਲੀ ਸ਼ਾਇਦ ਵੱਜ ਗਈ, ਇਹ ਵੀ ਉਤਰਾਅ ਚੜ੍ਹਾਅ ਵੇਖਿਆ ਕਿ ਹੁਣ ਜਿਹਦੇ ਨਾਲ ਬੈਠ ਕੇ ਸ਼ਾਮ ਨੂੰ ਰੋਟੀ ਖਾਧੀ ਆ, ਸਵੇਰ ਨੂੰ ਹੈ ਨਹੀਂ। ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਦੀ ਲੰਘ ਕੇ ਮੌਤ ਤੋਂ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਮੰਨ ਲਓ ਡਰ ਪੈ ਖਤਮ ਹੋ ਗਿਆ ਸੀ ਜਦੋਂ ਅਸੀਂ ਇਸ ਵਿੱਚ ਦੀ ਲੰਘੇ ਹਾਂ। ਪਰ ਇੱਕ ਗੱਲ ਜਿਹੜੀ ਜ਼ਰੂਰੀ ਸੀ ਕਿ ਇਹ ਗੱਲ ਬੜੇ ਸਿਆਣੇ ਮਹਾਨ ਪੁਰਸ਼ਾਂ ਨੇ ਇਹ ਗੱਲ ਦੱਸੀ ਹੈ ਕਿ ਜਿਹੜਾ ਹਨੇਰੀ ਦੇ ਅੰਦਰ ਦੀਵਾ ਬਲਦਾ ਰੱਖੇਗਾ ਉਹ ਹੀ ਸਹੀ ਹੈ। ਅਸੀਂ ਬੁਨਿਆਦ ਸਾਡੀ ਰਾਜਨੀਤੀ ਨਹੀਂ ਸੀ, ਬੁਨਿਆਦ ਕੋਈ ਔਰਾ ਸੀ ਅਹੁਦਾ ਲੈਣਾ ਨਹੀਂ ਸੀ। ਮਨ ਦੇ ਅੰਦਰ ਜੋ ਪੰਥਕ ਦਰਦ ਅਸੀਂ 1982 'ਚ ਲੈ ਕੇ ਚੱਲੇ, ਸੰਤ ਮਹਾਂਪੁਰਸ਼ਾਂ ਦੀ ਸੰਗਤ ਲੈ ਕੇ ਚੱਲੇ, ਅੱਜ ਵੀ ਮਨ ਦੇ ਅੰਦਰ ਉਹੀ ਦਰਦ ਹੈ ਜੀ। ਉਸੇ ਦਰਦ ਨੂੰ ਵੀ ਕੌਮ ਦਾ ਨੌਜਵਾਨ ਜਿਹੜਾ ਉਹ ਕੌਮ ਪ੍ਰਤੀ ਸੁਚੇਤ ਹੋਵੇ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਵੀ ਨੌਜਵਾਨ ਨੂੰ ਇਹ ਗੱਲ ਦੱਸਣੀ ਆ ਕਿ ਤੁਹਾਡੀ ਜਿਹੜੀ ਜਾਇਦਾਦ ਆ, ਤੁਹਾਡਾ ਘਰ ਬਾਰ ਆ, ਹੋਰ ਆ, ਰੱਬ ਮੁਬਾਰਕ ਦੇਵੇ ਉਦੋਂ ਹੀ ਵਧੇ, ਪਰ ਅਸਲ ਜਿਹੜੀ ਤੁਹਾਡੀ ਜਾਇਦਾਦ ਇਹ ਹੈ ਜੋ ਸਾਨੂੰ ਗੁਰੂ ਸਾਹਿਬਾਨ ਨੇ ਵਿਰਾਸਤ ਦਿੱਤੀ, ਜੋ ਸਾਡੇ ਕੌਮ ਦੇ ਯੋਧਿਆਂ ਨੇ ਸਾਨੂੰ ਵਿਰਾਸਤ ਦਿੱਤੀ, ਜੋ ਸਿਧਾਂਤ ਨੂੰ ਵਰਸ ਮਿਲਿਆ, ਅਸਲ ਤੁਹਾਡੀ ਵਿਰਾਸਤ ਉਹ ਆ। ਜਿੱਦਾਂ ਸਾਡਾ ਮਕਸਦ ਇਹ ਹੋਈ ਆ ਕਿ ਹਰ ਨੌਜਵਾਨ ਨੂੰ ਅਸੀਂ ਉਸ ਵਿਰਾਸਤ ਤੋਂ ਜਾਣੂ ਕਰਾਈਏ ਅਤੇ ਉਸ ਵਿਰਾਸਤ ਦੀ ਪਹਿਰੇਦਾਰੀ ਲਈ ਅਸੀਂ ਉਹਨੂੰ ਤਿਆਰ ਕਰੀਏ। ਉਹ ਮਾਹੌਲ ਵੱਖਰੇ ਵੱਖਰੇ ਸਮੇਂ ਵੱਖਰਾ ਵੱਖਰਾ ਆਉਂਦਾ ਰਿਹਾ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਗੁਰੂ ਦੀ ਕਿਰਪਾ ਨਾਲ, ਮਾਣ ਕਦੇ ਵੀ ਨਹੀਂ ਕੀਤਾ ਅਤੇ ਨਾ ਹੀ ਮਾਣ ਕਰਨਾ ਚਾਹੀਦਾ ਮਨੁੱਖ ਨੂੰ, ਗੁਰੂ ਦੀ ਕਿਰਪਾ ਨਾਲ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਨਾਲ ਉਸ ਸੋਚ ਨੂੰ ਲੈ ਕੇ ਤੁਰੇ ਆ ਰਹੇ ਹਾਂ। ਉਹ ਭਾਵੇਂ ਸੋਚ ਨੂੰ ਕਈ ਵਾਰ ਸਾਡੇ ਲੋਕ ਇਹ ਗੱਲ ਕਹਿੰਦੇ ਆ, ਕਿਉਂਕਿ ਜਿੱਥੇ ਸਿਆਸਤ ਆ ਜਾਂਦੀ ਹੈ ਉੱਥੇ ਵਿਰੋਧ ਆ ਜਾਂਦਾ, ਬਿਲਕੁਲ। ਅਤੇ ਜਦੋਂ ਅਸੀਂ ਕਿਸੇ ਅਸੀਂ ਸਿਆਸੀ ਸਟੇਜ 'ਤੇ ਆਉਂਦੇ ਹਾਂ ਉਹਦੇ ਸਾਨੂੰ ਇਹ ਕਹਿ ਦਿੰਦੇ ਹਾਂ ਕਿ ਤੁਸੀਂ ਇਹ ਗੱਲ ਛੱਡ ਗਏ ਹੋ, ਪਰ ਅਸੀਂ ਕਈ ਵਾਰੀ ਉਹਨਾਂ ਨੂੰ ਸਵਾਲ ਕਰਦੇ ਹਾਂ ਕਿ ਇਹ ਜੇ ਰਾਜ ਬਿਨਾਂ ਨੇ ਧਰਮ ਚੱਲੇ ਹਾਂ, ਧਰਮ ਬਿਨਾਂ ਸਭ ਦਲੇ ਮਲੇ ਹੈ, ਮਹਾਰਾਜ ਰਣਜੀਤ ਸਿੰਘ ਦਾ ਰਾਜ ਆਇਆ, ਦਰਬਾਰ ਸਾਹਿਬ ਕੋਈ ਇਸ ਗੱਲ ਦਾ ਮਹਤਾਜ ਨਹੀਂ ਕਿ ਜੇ ਸੋਨੇ ਨਾਲ ਮੜਿਆ ਗਿਆ, ਇਸ ਕਰਕੇ ਸਤਿਕਾਰ ਹੈ, ਉਹ ਸਿਰਫ ਇਸ ਗੱਲ ਦਾ ਪ੍ਰਤੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਹਦੇ ਮਨ ਦਾ ਖਿਆਲ ਆਇਆ ਕਿ ਮੈਂ ਆਪਦੇ ਗੁਰੂ ਦਾ ਘਰ ਆ ਜਿਹੜਾ ਉਹਨੂੰ ਮੈਂ ਸੋਨੇ 'ਚ ਬਣਦਾ, ਸੋਨੇ ਦਾ ਮਤਲਬ ਬਣਾਵਾਂ, ਠੀਕ ਹੈ ਨਾ। ਇਹ ਉਹਦੀ ਉਹਦੀ ਭਾਵਨਾ ਹੈ, ਸਿੱਖ ਦੀ ਭਾਵਨਾ, ਇਹ ਰਾਜ ਦੇ ਕ੍ਰਿਸ਼ਮੇ। ਸੋ ਰਾਜ ਜੇ ਅਸੀਂ ਸਿੱਖ ਰਾਜ ਦੀ ਉਸ ਸੰਵਿਧਾਨ ਦੀ ਗੱਲ ਕਰ ਲਈਏ, ਉਸ ਉੱਚੇ ਉਚਾਈ ਦੀ ਗੱਲ ਕਰ ਲਈਏ, ਉਹ ਨਹੀਂ ਵੀ ਹੈ, ਪਰ ਜੇ ਅੱਜ ਅਸੀਂ ਰਾਜ ਪੈਦਾ ਕੀਤਾ ਤਾਂ ਅੱਜ ਮੈਨੂੰ ਯਾਦ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਯਾਦਗਾਰ ਪੈਦਾ ਕੀਤੀ। ਅੱਜ ਮੈਂ ਤੁਹਾਡੇ ਦੁਆਰਾ ਇਹ ਦੱਸਣਾ ਚਾਹੁੰਦਾ ਕਿ ਅਸੀਂ ਕਈ ਵਾਰ ਰਾਜਨੀਤਿਕ ਲੋਕਾਂ ਨੂੰ ਅਸੀਂ ਬਹੁਤ ਜ਼ਿਆਦਾ ਨਕਾਰ ਦਿੰਦੇ ਹਾਂ ਕਿ ਇਹ ਕੁਛ ਵੀ ਨਹੀਂ ਹੈ। ਮੈਨੂੰ ਇਹ ਦੱਸੋ ਕਿ ਪਿਛਲੇ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਪੰਜਾਬ ਦੇ ਅੰਦਰ, ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਗੱਲ ਕਰਕੇ ਪਛਾਣ ਦੇ ਕੇ ਉਹਦਾ ਉਹ ਯਾਦਗਾਰ ਉਸਾਰੀ ਗਈ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਜਿਹੜਾ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਸੀ, ਠੀਕ ਹੈ ਨੀ। ਮੈਨੂੰ ਯਾਦ ਹੈ ਕਿ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਸੀ, ਉੱਥੇ ਨਿਤਿਨ ਗਡਕਰੀ BJP ਦਾ ਜਿਹੜਾ ਪ੍ਰਧਾਨ ਸੀ, ਮੰਤਰੀ ਵੀ ਸੀ ਸ਼ਾਇਦ ਉਦੋਂ ਆਪਦੀ ਸਰਕਾਰ ਵਿੱਚ, ਅਤੇ ਉਹ ਚੰਡੀਗੜ੍ਹ ਆਇਆ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਕਹਿ ਰਹੇ ਸੀ ਕਿ ਗਡਕਰੀ ਸਾਹਿਬ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾਂ ਦਿਨ 'ਤੇ ਆਉਣਾ। ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਜਿਹਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ? ਮੈਨੂੰ ਇਹ ਗੱਲ ਚੰਗੀ ਲੱਗੀ। ਉਸ ਤੋਂ ਬਾਅਦ ਦੇਖੋ ਆਪਾਂ ਪੰਜਾਬ ਦੇ ਅੰਦਰ ਕਿੰਨੀਆਂ ਵੱਡੀਆਂ ਸਾਡੀਆਂ ਜੰਗੀ ਯਾਦਗਾਰਾਂ ਅਸੀਂ ਬਣਾਈਆਂ, ਸਾਡੀਆਂ ਚੱਪੜਚਿੜੀ ਦਾ ਮੈਦਾਨ ਹੈ ਜਾਂ ਹੋਰ ਕੁੱਪਨੀੜੇ ਦਾ ਮੈਦਾਨ ਹੈ। ਸੋ ਇਹ ਚੀਜ਼ਾਂ ਜਿਹੜੀਆਂ ਕਈ ਵਾਰ ਅਸੀਂ ਜਦੋਂ ਐਵੇਂ ਬੇਲੋੜਾ ਵਿਵਾਦ ਕਰਨ ਲੱਗ ਜਾਂਦੇ ਹਾਂ, ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਸਟੇਜ ਕੋਈ ਵੀ ਹੋਵੇ, ਬਿਲਕੁਲ ਉਹ ਸਟੇਜ 'ਤੇ ਆਪਦੀ ਉਸੇ ਸੋਚ ਨੂੰ
ਅੱਜ ਵੀ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਕਿਉਂ ਨਹੀਂ ਗਾ, ਅੱਜ ਵੀ ਮੈਂ ਧਾਰਮਿਕ ਤੌਰ 'ਤੇ ਅਗਵਾਈ ਮੰਨਦਾ, ਧਾਰਮਿਕ ਤੌਰ 'ਤੇ ਆਪਦਾ ਜਿਹੜਾ ਆਸ਼ਾ ਮੰਨਦਾ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ। ਸਾਰੇ ਸੰਤ ਮਹਾਂਪੁਰਸ਼ ਮੇਰੇ ਲਈ ਸਤਿਕਾਰਯੋਗ ਹੈ। ਰਾਜਨੀਤਿਕ ਪਾਰਟੀਆਂ ਰਾਜਨੀਤੀ ਤੌਰ 'ਤੇ ਚੱਲ ਰਹੀਆਂ, ਉਹ ਆਪਣਾ ਉਹ ਕੰਮ ਕਰਦੀਆਂ, ਪਰ ਅਸੀਂ ਅੱਜ ਵੀ ਉਹਨਾਂ ਦੀ ਸਟੇਜ 'ਤੇ ਖੜ੍ਹ ਕੇ ਵੀ ਅਸੀਂ ਇਹ ਗੱਲ ਕਰਦੇ ਹਾਂ। ਬਿਲਕੁਲ, ਅੱਜ ਵੀ ਸ਼ਹੀਦਾਂ ਦੀ ਕਿਤੇ ਗੱਲ ਆਉਂਦੀ ਆ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪ੍ਰੋਗਰਾਮ ਹੁੰਦਾ ਜਾਂ ਕੋਈ ਵੀ ਗੱਲ ਹੈ, ਸ਼ਹੀਦਾਂ ਦੀ ਜਿਹੜੀ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਦੀ ਗੱਲ ਆਉਂਦੀ ਹੈ, ਬੜੀਆਂ ਸਾਰੀਆਂ ਗੱਲਾਂ ਵਾ। ਜੇ ਸਾਡੇ ਮਨ ਦੇ ਅੰਦਰ ਗੁਰੂ ਨੇ ਸੋਚ ਬਖਸ਼ੀ ਆ, ਤਾਂ ਇੱਕ ਇੱਕ ਤਿਨਕਾ ਇਕੱਠਾ ਹੋ ਕੇ ਉਹਨਾਂ ਨੇ ਇਸ ਗੱਲ ਦੇ ਵਿੱਚ ਆਪਣਾ ਯੋਗਦਾਨ ਪਾਇਆ, ਗੁਰੂ ਨੇ ਇਸ ਗੱਲ ਦੀ ਸਮਰੱਥਾ ਬਖਸ਼ੀ ਹੈ। ਸੋ ਮੈਂ ਇਹੋ ਹੀ ਚਾਹਾਂਗਾ ਕਿ ਸੋਚ ਨੂੰ ਜਿਉਂਦਾ ਰੱਖਣਾ ਚਾਹੀਦਾ, ਹਾਂ ਸਮੇਂ ਦੇ ਅਨੁਕੂਲ ਹਾਲਾਤਾਂ ਦੇ ਵਿੱਚ ਤੁਸੀਂ ਉਹਨੂੰ ਹੋਰ ਲਾਗੂ ਕਰ ਸਕਦੇ ਹੋ। ਕਿਉਂਕਿ ਡਿਪਲੋਮੈਸੀ ਇਸੇ ਨੂੰ ਕਹਿੰਦੇ ਨੇ, ਸ਼ਾਇਦ ਇਹ ਗੱਲ ਅੱਜ ਦੀ ਜਵਾਨੀ ਨੂੰ ਬਹੁਤ ਸੌਖੇ ਢੰਗ ਨਾਲ ਸਮਝਣੀ ਪੈਣੀ ਹੈ ਕਿ ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਇੱਕ ਸਮਾਂ ਆਇਆ ਕਿ ਔਰੰਗਜ਼ੇਬ ਨੇ ਇੰਨਾ ਜ਼ੁਲਮ ਕੀਤਾ ਲੇਕਿਨ ਉਹਦੇ ਪੁੱਤਰ ਦੇ ਨਾਲ ਦੋਸਤੀ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਵੀ ਇੱਦਾਂ ਦਾ ਸਮਾਂ ਆਇਆ ਕਿ ਜਹਾਂਗੀਰ ਦੇ ਹੁਕਮਾਂ ਦੇ ਨਾਲ ਸੱਚੇ ਪਾਤਸ਼ਾਹ ਹਜ਼ੂਰ ਦੇ ਉੱਤੇ ਇੰਨਾ ਤਸ਼ੱਦਦ ਹੁੰਦਾ ਹੈ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਦੇ ਨਾਲ ਦੋਸਤੀ ਕਰਦੇ ਨੇ। ਇਹ ਗੱਲ ਨੂੰ ਅੰਡਰਸਟੈਂਡ ਕਰਨਾ ਪੈਣਾ, ਮੈਨੂੰ ਨਹੀਂ ਪਤਾ ਵੀ ਸਾਡੀ ਦੋਵਾਂ ਵੀਰਾਂ ਦੀ ਕਹੀ ਹੋਈ ਗੱਲ ਨੂੰ ਪੰਥ ਨੇ ਕਿਵੇਂ ਲੈਣਾ, ਆਈ ਡੋਂਟ ਨੋ, ਕਿਉਂਕਿ ਅੱਜ ਕੱਲ੍ਹ ਫੇਸਬੁੱਕ ਦਾ ਜ਼ਮਾਨਾ ਹੈ ਅਤੇ ਉਹ ਫੜ ਕੇ ਮਤਲਬ ਫੇਸਬੁੱਕ ਦੇ ਉੱਤੇ ਜੋ ਮਰਜ਼ੀ ਜਿਹੜੀ ਮਰਜ਼ੀ ਚੀਜ਼ ਜਿਹੜੀ ਆ ਉਹਨੂੰ ਅਪਡੇਟ ਕਰੀ ਜਾਂਦੇ ਲੋਕ ਨੇ। ਬਟ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਦੂਜੇ ਨੂੰ ਭੰਡਣਾ ਬਹੁਤ ਸੌਖਾ ਹੈ ਲੇਕਿਨ ਉਸ ਮੁਕਾਮ ਦੇ ਉੱਤੇ ਖੜ੍ਹ ਕੇ ਆਪਣੀ ਗੱਲ ਮਨਵਾਉਣੀ, ਕਹਿਣੀ, ਜਾਂ ਆਪਣਾ ਪੀਸ ਆਫ ਕੇਕ, ਇਹ ਸਭ ਤੋਂ ਵੱਡਾ ਇੱਕ ਪੋਲੀਟੀਕਲ ਸਿਸਟਮ ਦੀ ਟਰਮ ਹੈ, ਆਪਣਾ ਪੀਸ ਆਫ ਕੇਕ ਚੱਕਣਾ ਕਿ ਤੁਸੀਂ ਆਪਣੇ ਹਿੱਸੇ ਦੀ ਗੱਲ ਚੱਕ ਲਓ। ਹੁਣ ਸ਼ਰਤ ਇਸ ਗੱਲ ਦੀ ਹੈ ਕਿ ਜੇ ਅੰਦਰ ਪੰਥਕ ਜਜ਼ਬਾ ਹੈ ਤਾਂ ਸਾਰਾ ਕੇਕ ਨਹੀਂ ਵੀ ਮਿਲਣਾ, ਤੁਸੀਂ ਆਪਣੇ ਪੰਥਕ ਹਿੱਸੇ ਦਾ ਆਪਣੀ ਨੁਮਾਇੰਦਗੀ ਦਰਜ ਕਰਾ ਦਿਓ ਗੁਰੂ ਦੇ ਦਰ 'ਤੇ, ਬਾਕੀ ਗੁਰੂ ਜਾਣੇ ਅਤੇ ਉਹਦਾ ਆਪਣਾ ਕਰ ਜਾਣੇ। ਵੀ ਜੀ, ਇਹ ਤਾਂ ਗੱਲ ਹੋਈ ਪਿਛੋਕੜ ਦੀ, ਔਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਕਿ ਅੱਜ ਦੀ ਜਵਾਨੀ ਆਪ ਮੁਹਾਰੇ ਫੇਸਬੁੱਕ ਦੇ ਰਾਹੀਂ ਜਾਂ ਸਿਰਫ ਤੇ ਸਿਰਫ ਕੁਝ ਚੰਦ ਨਾਰਿਆਂ ਦਮਗਜਿਆਂ ਰਾਹੀਂ ਕੰਮ ਕਰਨਾ ਚਾਹੁੰਦੀ ਹੈ ਜਿਹੜੇ ਸੌਖੇ ਹੋਣ। ਉਹ ਕਹਿੰਦੇ ਧਰਨਾ ਤਾਂ ਦਈਏ ਪਰ ਛਾਵੇਂ, ਪਰ ਜਿਹੜੀਆਂ ਜ਼ਿੰਦਗੀਆਂ ਨੇ ਇੰਨਾ ਲੰਬਾ ਸਮਾਂ ਤਜ਼ਰਬਾ ਹੰਢਾਇਆ ਹੈ, ਅਤੇ ਮੇਰਾ ਵੀਰ ਜੀ ਨਾਲ ਬੈਠਣ ਦਾ ਮਕਸਦ ਵੀ ਅਜਿਹੀ ਸੀ ਕਿ ਕਿਉਂ ਨਾ ਖੁਰਿਦਿਆ ਜਾਵੇ, ਸੋਚਿਆ ਜਾਵੇ, ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ ਕਿ ਫੇਸਬੁੱਕ ਦੇ ਉੱਤੇ ਕਿਸੇ ਦੇ ਵਿਰੋਧ ਵਿੱਚ ਚੰਦ ਲੈਣਾ ਪਾਉਣੀਆਂ ਬਹੁਤ ਔਖੀਆਂ ਨੇ, ਪਰ 30-35 ਸਾਲ ਪੰਥ ਦੇ ਕਿਸੇ ਸੁਪਨੇ ਵਾਸਤੇ ਜੀਣਾ ਇੱਕ ਵੱਖਰੀ ਜੀ ਗੱਲ। ਕੌਣ ਕੌਣ ਜੀਆ ਇਹ ਫੈਸਲਾ ਤਾਂ ਪੰਥ ਕਰੇਗਾ, ਇਹ ਗੁਰੂ ਆਪ ਕਰੇਗਾ, ਪਰ ਕਿੰਨੇ ਕਿੰਨੇ ਆਪਣਾ ਬਣਦਾ ਯੋਗਦਾਨ ਪਾਇਆ ਇਹਦੀ ਵਿਚਾਰ ਹੋਣੀ ਬਹੁਤ ਜ਼ਰੂਰੀ ਹੈ ਕਿ ਨੌਜਵਾਨ ਦੇ ਲਈ ਅੱਜ ਇੰਸਪੀਰੇਸ਼ਨ ਕੌਣ। ਸੋ ਇਸੇ ਦੇ ਉੱਤੇ ਵਿਚਾਰਾਂ ਦੀ ਸਾਂਝ ਨੂੰ ਮੈਂ ਅੱਗੇ ਤੋਰਦਾ ਵੀਰ ਜੀ ਦੇ ਨਾਲ ਕਿ ਵੀਰ ਜੀ ਦਾ ਪਿਛੋਕੜ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਅਤੇ ਉਹ ਹਰਿਆਵਲ ਦਸਤਾ ਸੰਤ ਜਰਨੈਲ ਸਿੰਘ ਜੀ ਆਪ ਇਹ ਗੱਲ ਕਿਹਾ ਕਰਦੇ ਸੀਗੇ ਵੀ ਇਹ ਕੌਮ ਦਾ ਸਭ ਤੋਂ ਜੰਗਜੂ ਅਤੇ ਹਰਿਆਵਲ ਦਸਤਾ। ਅੱਜ ਨੋ ਡਾਊਟ ਬੁੱਢਾ ਦਲ ਪੰਥ ਦੀ ਵਿਰਾਸਤ ਹੈ, ਦਮਦਮੀ ਟਕਸਾਲ ਪੰਥ ਦੀ ਵਿਰਾਸਤ ਹੈ, ਪੰਥ ਦੀਆਂ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਪੰਥ ਲਈ ਜੂਝ ਰਹੀਆਂ ਨੇ, ਪੰਥ ਦੇ ਅਕਾਲ ਤਖਤ ਸਾਹਿਬ ਲਈ ਜੂਝ ਰਹੀਆਂ ਨੇ, ਮੁਬਾਰਕ ਹੈ। ਲੇਕਿਨ ਇਹਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅਣਗੌਲਿਆਂ ਕਰ ਦਿੱਤਾ ਗਿਆ, ਭਾਵੇਂ ਕਿ ਪੋਲੀਟੀਕਲ ਖੇਤਰ ਦੇ ਵਿੱਚ ਜਾਣਾ ਮਜਬੂਰੀ ਨਹੀਂ ਜ਼ਰੂਰੀ ਸੀ, ਪਰ ਸਿਰਫ ਇਸ ਕਰਕੇ ਹੀ ਨਹੀਂ ਭੰਡਿਆ ਜਾ ਸਕਦਾ ਕਿ ਯਾਰ ਤੁਸੀਂ ਪੋਲੀਟੀਕਲ ਅਹੁਦਿਆਂ 'ਤੇ ਚਲੇ ਗਏ ਇਸ ਕਰਕੇ ਤੁਹਾਡੀ ਪੰਥ ਨੂੰ ਦੇਣ ਨਹੀਂ ਹੈਗੀ। ਇਸ ਗੱਲ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅੱਜ ਆਪਾਂ ਡੈਮੋਕ੍ਰੇਸੀ 'ਚ ਜੀ ਰਹੇ ਤਾਂ ਡੈਮੋਕ੍ਰੇਸੀ ਦੇ ਵਿੱਚ ਸਿਰਾਂ ਦੇ ਮੁੱਲ ਹੀ ਪੈਂਦੇ ਨੇ, ਅਤੇ ਜੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ, ਕਿਉਂਕਿ ਉਹ ਬਣਿਆ ਹੀ ਪੋਲੀਟੀਕਲ ਦਸਤਾ ਸੀਗਾ ਉਸ ਵੇਲੇ, ਨੌਜਵਾਨਾਂ ਦਾ ਉਹ ਦਸਤਾ ਸੀ, ਠੀਕ ਹੈ ਕਿ ਉਹਨਾਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਸੀ ਅਤੇ ਮਜਬੂਰੀ ਬਸ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵੀਰਾਂ ਨੂੰ ਹਥਿਆਰ ਵੀ ਚੱਕਣੇ ਪਏ ਆਪਣੇ ਹੱਕਾਂ ਦੀ ਖਾਤਰ ਜਾਂ ਜੋ ਆਸੇ ਪਾਸੇ ਵਿਰੋਧ ਹੋ ਰਿਹਾ ਉਹਦੇ ਅਗੇਂਸਟ, ਅਤੇ ਉਸ ਜਜ਼ਬੇ ਦੇ ਵਿੱਚੋਂ ਜਿਹੜੀ ਚੀਜ਼ ਨਿਕਲੀ ਹੈ, ਅਤੇ ਮੈਂ ਚਾਹੁੰਦਾ ਕਿ ਸਾਡੇ ਲਈ ਉਹ ਇੱਕ ਪ੍ਰੇਰਨਾ ਸਰੋਤ ਹੈ, ਅਤੇ ਇਸ ਕਰਕੇ ਆਪਾਂ ਵਿਚਾਰਾਂ ਨੂੰ ਹੋਰ ਅੱਗੇ ਲੈ ਕੇ ਜਾਵਾਂ। ਮੈਂ ਵੀਰ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਗਜ਼ੈਕਟਿਵ ਕਮੇਟੀ, ਮੈਂ ਇੱਥੇ ਅੱਜ ਤੁਹਾਡੇ ਨਾਲ ਇੱਕ ਬੜੀ ਖੁੱਲ੍ਹੀ ਜੀ ਵਿਚਾਰ ਇਸ ਵਿਸ਼ੇ ਦੇ ਉੱਤੇ ਇਹਨੂੰ ਅੱਗੇ ਲੈ ਕੇ ਜਾਣਾ ਵੀ ਜਿਹੜੇ ਬਾਹਰ ਬੈਠੇ ਲੋਕ ਨੇ ਨਾ, ਇੰਟਰਨਲੀ ਚਲੋ ਮੇਰੇ ਬਹੁਤ ਸਾਰੇ ਅਜ਼ੀਜ਼ ਦੋਸਤ ਨੇ ਜਿਹੜੇ
71 ਲੈਵਲ ਦੇ ਉੱਤੇ ਕਾਰਜ ਕਰਦੇ ਨੇ ਅਤੇ ਮੈਨੂੰ ਕੁਝ ਚੀਜ਼ਾਂ ਇੰਟਰਨਲ ਬਾਕੀ ਨੋਰਮਲ ਆਮ ਸੰਗਤ ਨਾਲੋਂ ਵਧੇਰੇ ਪਤਾ ਹੋਣਗੀਆਂ। ਲੋਕ ਪਤਾ ਕੀ ਸੋਚਦੇ ਨੇ ਵੀ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਖੁੱਲੀਆਂ ਪਈਆਂ ਨੇ ਅਤੇ ਉਹਦੇ ਵਿੱਚੋਂ ਜਿਹੜਾ ਮਰਜ਼ੀ ਪੰਡਾਂ ਭਰ ਭਰ ਕੇ ਆਪਣੇ ਘਰ ਨੂੰ ਲਈ ਜਾਂਦਾ ਅਤੇ ਉੱਥੇ ਕੋਈ ਨਿਜ਼ਾਮ ਨਹੀਂ ਹੈਗਾ ਅਤੇ ਉਹ ਸਿਰਫ ਪੰਡਾਂ ਹੀ ਨੇ ਜਿਹੜੀਆਂ ਜਿਹੜਾ ਮਰਜ਼ੀ ਚੁੱਕ ਲਏ ਅਤੇ ਚੁੱਕ ਕੇ ਅਤੇ ਘਰ ਨੂੰ ਤੁਰਿਆ ਜਾ ਰਿਹਾ ਅਤੇ ਸਾਰੀ ਦੁਨੀਆ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ ਅੰਦਰੋਂ ਲੁੱਟੀ ਜਾ ਰਹੀ। ਮੈਂ ਚਾਹਾਂਗਾ ਕਿ ਥੋੜ੍ਹਾ ਜਿਹਾ, ਕਿਉਂਕਿ ਤੁਸੀਂ ਐਗਜ਼ੀਕਿਟਿਵ ਕਮੇਟੀ ਦੇ ਮੈਂਬਰ ਹੋ, ਥੋੜ੍ਹਾ ਜਿਹਾ ਇਹਦੀ ਇਨਫਰਾਸਟ੍ਰਕਚਰ ਦੇ ਉੱਤੇ ਆਪਾਂ ਸੰਗਤ ਤੱਕ ਜਿੰਨੀ ਕੁ ਮੈਨੂੰ ਜਾਣਕਾਰੀ ਆਪਾਂ ਰਲ ਕੇ ਇਸ ਚੀਜ਼ ਦੇ ਉੱਤੇ ਵਿਚਾਰ ਕਰੀਏ ਕਿ ਅੱਜ ਲੋਕ ਵਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕਾਰਜ ਕਰ ਰਹੇ ਲੋਕਾਂ ਨੂੰ ਕਰਪਟੀ ਸਮਝਦੇ ਨੇ, ਵੀ ਉੱਥੇ ਵੀ ਇੱਕ ਸਿਸਟਮ ਹੈ, ਉਸ ਸਿਸਟਮ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ ਜੀ। ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ, ਜਿਹੜੀ ਅੱਜ ਦੇ ਸਮੇਂ 'ਚ ਪੰਥ ਦੇ ਦਰਦ ਦੀ ਗੱਲ ਹੈ ਅਤੇ ਪੰਥ ਦੇ ਵਿਚਾਰ ਦੀ ਗੱਲ ਹੈ। ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਇੱਕ ਜ਼ਿਕਰ ਕੀਤਾ ਸੀ ਵਟਸਐਪ ਦਾ ਜਾਂ ਫੇਸਬੁੱਕ ਦਾ, ਮੈਂ ਇਸ ਗੱਲ ਲਈ ਹਮੇਸ਼ਾ ਹੀ ਝੋਲੀ ਅੱਡ ਕੇ ਇਸ ਗੱਲ ਨੂੰ ਝੋਲੀ ਪਾਉਣ 'ਚ ਕੋਈ ਕਦੇ ਵੀ ਗਰੇਜ਼ ਨਹੀਂ ਕਰਦਾ।